ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੈਲ ਯੂਐਸਸੀ ਟੀਵੀ ਮੈਂ ਹਾਂ ਕਮਲਪ੍ਰੀਤ ਸਿੰਘ ਤੇ ਲੈ ਕੇ ਹਾਂ ਜਰਾ ਦੁਨੀਆ ਭਰ ਦੀਆਂ ਤਾਜ਼ਾ ਤਰਿਨ ਖਬਰਾਂ ਸ਼ੁਰੂਆਤ ਹੈਡਲਾਈਨਸ ਤੋਂ ਐਚ1 ਬੀ ਵੀਜ਼ਾ ਲਈ ਦੂਜੀ ਲੋਟਰੀ ਕੱਢੇਗਾ ਅਮਰੀਕਾ ਸ਼ਹੀਦ ਸੀਪੀਐਲ ਗੁਰਪ੍ਰੀਤ ਸਿੰਘ ਦਾ ਇਤਿਹਾਸਿਕ ਸਮਾਰਕ ਅਮਰੀਕਾ ਵਿੱਚ ਸਥਾਪਿਤ ਕੀਤਾ ਗਿਆ ਅਮਰੀਕਾ ਚ ਇੱਕ ਵਾਰ ਫਿਰ ਕੋਰੋਨਾ ਨੇ ਦਿੱਤੀ ਦਸਤਕ ਮਿਲੇ ਲੱਖ ਤੋਂ ਜ਼ਿਆਦਾ ਨਵੇਂ ਸੰਕਰਮਿਤ ਫਲੋਰੀਡਾ ਚ ਸਾਹਮਣੇ ਆਏ 21000 ਤੋਂ ਵੱਧ ਨਵੇਂ ਮਾਮਲੇ ਬਰਤਾਨੀਆ ਦੇ ਵਿਗਿਆਨੀਆਂ ਦੀ ਚੇਤਾਵਨੀ ਆ ਸਕਦਾ ਹੈ ਕਰੋਨਾ ਦਾ ਖਤਰਨਾਕ ਸੁਪਰ ਮਿਊਟੈਂਟ ਵੇਰੀਐਂਟ ਡਿਸਕਸ ਥਰੋ ਮੁਕਾਬਲੇ ਦੇ ਫਾਈਨਲ ਚ ਪਹੁੰਚੀ ਪੰਜਾਬ ਦੀ ਧੀ ਕਮਲਪ੍ਰੀਤ ਕੌਰ ਨੇ ਵਧਾਇਆ ਪੰਜਾਬ ਦਾ ਮਾਨ ਸ਼ਹੀਦ ਉਦਮ ਸਿੰਘ ਦੇ ਪਿਸਤੌਲ ਤੇ ਡਾਇਰੀ ਨੂੰ ਵਾਪਸ ਲੈਣ ਲਈ ਵਿਦੇਸ਼ ਮੰਤਰਾਲੇ ਨਾਲ ਗੱਲ ਕਰੇਗੀ ਪੰਜਾਬ ਸਰਕਾਰ ਬ੍ਰਿਟਿਸ਼ ਪੀਐਮ ਬੋਰਿਸ ਜான்ਸਨ ਸਤਵੀਂ ਵਾਰ ਬਨਨਗੇ ਪਿਤਾ ਪਤਨੀ ਕੈਰੀ ਨੇ ਦਿੱਤੀ ਖੁਸ਼ਖਬਰੀ ਤੇ ਹੁਣ ਖਬਰਾਂ ਵਿਸਥਾਰ ਨਾਲ H1B ਵੀਜ਼ਾ ਲੈਂਦੇ ਚਾਹਵਨ ਸੈਂਕੜੇ ਭਾਰਤੀ ਆਈਟੀ ਪੇਸ਼ੇਵਰਾਂ ਨੂੰ ਰਾਹਤ ਦਿੰਦੇ ਆ ਅਮਰੀਕਾ ਦੀ ਆਵਾਸ ਏਜੰਸੀ ਨੇ ਇਹਨਾਂ ਵੀਜ਼ਿਆਂ ਲਈ ਦੂਜੀ ਲੋਟਰੀ ਕੱਟਣ ਦਾ ਫੈਸਲਾ ਕੀਤਾ ਹੈ ਹਾਲਾਂਕਿ ਇਹ ਜੋ ਹੈ ਆਮ ਤੌਰ ਤੇ ਨਹੀਂ ਕੀਤਾ ਜਾਂਦਾ ਜ਼ਿਕਰਯੋਗ ਹੈ ਕਿ ਪਹਿਲੀ ਚੋਣ ਸੂਚੀ ਵਿੱਚ ਕਈ ਜਣੇ ਥਾਂ ਬਣਾਉਣ ਤੋਂ ਰਹਿ ਗਏ ਸਨ ਅਮਰੀਕੀ ਨਾਗਰਿਕਤਾ ਆਵਾਸ ਏਵਾ ਨੇ ਕਿਹਾ ਹੈ ਕਿ H1B ਵੀਜ਼ਿਆਂ ਲਈ ਪਹਿਲਾਂ ਜਿਹੜਾ ਕੰਪਿਊਟਰ ਰਾਹੀਂ ਡਰਾ ਕੱਟਿਆ ਗਿਆ ਸੀ ਉਸ ਵਿੱਚ ਕਾਂਗਰਸ ਵੱਲੋਂ ਮਨਜ਼ੂਰ ਕੀਤੇ ਗਏ ਵੀਜ਼ਿਆਂ ਦੀ ਗਿਣਤੀ ਮੁਤਾਬਕ ਉਮੀਦਵਾਰ ਨਹੀਂ ਮਿਲ ਸਕੇ ਸਨ ਜ਼ਿਕਰ ਜੋ ਹੈ ਕਿ ਇਹਨਾਂ ਵਿਜ਼ਿਆਂ ਲਈ ਵੱਡੀ ਗਿਣਤੀ 'ਚ ਭਾਰਤੀ ਆਪਣਾ ਦਾਵਾ ਪੇਸ਼ ਕਰਦੇ ਹਨ ਇਹ ਗੈਰ ਰਵਾਸੀ ਵੀਜ਼ਾ ਹੈ ਜੋ ਕਿ ਅਮਰੀਕੀ ਕੰਪਨੀਆਂ ਨੂੰ ਖਾਸ ਮੁਹਾਰਤ ਵਾਲੇ ਕੰਮ ਲਈ ਵਿਦੇਸ਼ੀ ਵਰਕਰ ਚ ਉਹਨਾਂ ਦੀ ਇਜਾਜ਼ਤ ਦਿੰਦਾ ਹੈ ਹਰ ਇੱਕ ਬੀਤੀ ਬਾਰੇ ਵਿੱਚ 65000 H1B ਵੀਜ਼ੇ ਦਿੱਤੇ ਜਾਂਦੇ ਹਨ ਸੇਕ ਅਮਰੀਕਨ ਵੈਟਰਨਸ ਅਲਾਈਅንስ ਸਾਵਾਨੇ ਵਰਜੀਨੀਆ ਦੇ ਆਰ ਲਿੰਕਟਨ ਨੈਸ਼ਨਲ ਸ਼ਮਸ਼ਾਨ ਘਾਟ ਵਿਖੇ ਸ਼ਹੀਦ ਕਾਰਪੋਰੇਲ ਸੀਪੀਐਲ ਗੁਰਪ੍ਰੀਤ ਸਿੰਘ ਨੇ ਇੱਕ ਯਾਦਗਾਰੀ ਸਮਾਰੋਹ ਆਯੋਜਿਤ ਕਰਨ ਵਿੱਚ ਸਹਾਇਤਾ ਕੀਤੀ ਐਂਟੀਲੋਪ ਕੈਲੀਫੋਰਨੀਆ ਦੇ ਸ਼ਹੀਦ ਸੀਟੀਐਲ ਗੁਰਪ੍ਰੀਤ ਸਿੰਘ ਨੂੰ ਕੈਲੀਫੋਰਨੀਆ ਦੇ ਕੈਂਪ ਪੈਂਡਲਟਨ ਵਿੱਚ ਪਹਿਲੀ ਬਟਾਲੀਅਨ ਪੰਜਵੀਂ ਮਰੀਨ ਪਹਿਲੀ ਸਮੁੰਦਰੀ ਡਿਵੀਜ਼ਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਉਸ ਨੂੰ 2011 ਵਿੱਚ ਆਪਰੇਸ਼ਨ ਐਂਡਰਿੰਗ ਫ੍ਰੀडम ਦੇ ਸਮਰਥਨ ਵਿੱਚ ਅਫਗਾਨਿਸਤਾਨ ਵਿੱਚ ਤਾਇਨਾਤ ਕੀਤਾ ਗਿਆ ਸੀ ਉਹ ਅਫਗਾਨਿਸਤਾਨ ਦੇ ਹਿਲਮੰਡ प्रांत ਵਿੱਚ ਭਾਰੀ ਗੋਲੀਬਾਰੀ ਵਿੱਚ ਸ਼ਹੀਦ ਹੋ ਗਿਆ ਸੀ ਐਲਟੀਸੀ ਕਮਲ ਸਿੰਘ ਕਲਸੀਨ ਨੂੰ ਉਸ ਸਮੇਂ ਹੈਲਮੰਟ ਪ੍ਰਾਂਤ ਵਿੱਚ ਜ਼ਖਮੀ ਸਿਪਾਹੀਆਂ ਦੀ ਦੇਖਭਾਲ ਕਰਨ ਵਾਲੇ ਟਿਕਾਣੇ ਵਿੱਚ ਵੀ ਤਾਇਨਾਤ ਕੀਤਾ ਗਿਆ ਸੀ ਸ਼ਹੀਦ ਸੀਪੀਐਲ ਗੁਰਪ੍ਰੀਤ ਸਿੰਘ ਲਈ ਆਰਲਿੰਗਟਨ ਮੈਮੋਰੀਅਲ ਮਾਰਕਰ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਵਿੱਚ ਕਈ ਸਾਲ ਲੱਗੇ ਅਤੇ ਇਸ ਦੀ ਅਗਵਾਈ ਐਲਟੀਸੀ ਕਮਲ ਸਿੰਘ ਕਲਸੀ ਏ02 ਗੁਲਦੀਪ ਕੌਰ ਐਸਐਮ ਐਸਜੀਟੀ ਗੁਰਪ੍ਰੀਤ ਸਿੰਘ ਪਵਰਾ ਅਤੇ ਮਨਪ੍ਰੀਤ ਕੌਰ ਕਰ ਰਹੀ ਸਨ ਸ਼ਹੀਦ ਸੀਪੀਐਲ ਗੁਰਪ੍ਰੀਤ ਸਿੰਘ ਲਈ ਯਾਦਗਾਰੀ ਸਮਾਰੋਹ ਹੋਇਆ ਇੱਕ ਇਤਿਹਾਸਿਕ ਮੌਕਾ ਸੀ ਕਿਉਂਕਿ ਸੀਪੀਐਲ ਗੁਰਪ੍ਰੀਤ ਸਿੰਘ ਅਫਗਾਨਿਸਤਾਨ ਵਿੱਚ ਲੜਾਈ ਵਿੱਚ ਸ਼ਹੀਦ ਹੋਣ ਵਾਲੇ ਪਹਿਲੇ ਸਿੱਖ ਸਨ ਆਰਲਿੰਗਟਨ ਨੈਸ਼ਨਲ ਸ਼ਮਸ਼ਾਨ ਘਾਟ ਵਿੱਚ ਉਸਦੀ ਯਾਦਗਾਰ ਦਾ ਮੁੱਖ ਪੱਥਰ ਇਸ ਉੱਤੇ ਖੰਡਾ ਰੱਖਣ ਵਾਲਾ ਸਿਰਫ ਦੂਜਾ ਹੈ ਖੰਡਾ ਸਿੱਖਾਂ ਲਈ ਇੱਕ ਫੌਜੀ ਅਤੇ ਅਧਿਆਤਮਕ ਚਿੰਨ੍ਹ ਹੈ ਇਹ ਸਿੱਖ ਧਰਮ ਦੁਆਰਾ ਰੱਖੇ ਗਏ ਬਹੁਤ ਸਾਰੇ ਬੁਨਿਆਦੀ ਵਿਸ਼ਵਾਸਾਂ ਜਿਵੇਂ ਕਿ ਸੇਵਾ ਬਰਾਬਰੀ ਸਮਾਜਿਕ ਨਿਆਂ ਅਤੇ ਸੱਚ ਨੂੰ ਦਰਸਾਉਂਦਾ ਹੈ ਯੂਨਾਈਟਿਡ ਸਟੇਟਸ ਮਰੀਨ ਕੋਰ USMC ਨੇ ਸੀਪੀਐਲ ਸਿੰਘ ਨੂੰ ਅੰਤਿਮ ਸੰਸਕਾਰ ਸਮਾਰੋਹ ਲਈ ਪੂਰੇ ਫੌਜੀ ਸਨਮਾਨ ਦਿੱਤੇ। ਇਸ ਵਿੱਚ ਇੱਕ ਫੌਜੀ ਪਰੇਡ, USMC ਬੈਂਡ ਅਤੇ ਕੀਤੋਪੰਦੀ ਸਲਾਮੀ ਸ਼ਾਮਲ ਸੀ। ਸੀਪੀਐਲ ਸਿੰਘ ਦੀ ਮਾਤਾ ਸਤਨਾਮ ਕੌਰ, ਪਿਤਾ ਨਿਰਮਲ ਸਿੰਘ ਅਤੇ ਭੈਣ ਮਨਪ੍ਰੀਤ ਕੌਰ ਨੂੰ ਉਨ੍ਹਾਂ ਦੀ ਸੇਵਾ ਅਤੇ ਕੁਰਬਾਨੀ ਦੇ ਸਨਮਾਨ ਵਿੱਚ ਝੰਡਾ ਪੇਟ ਕੀਤਾ ਗਿਆ। ਸਿੱਖ ਗ੍ਰੰਥੀ ਸੁਰਿੰਦਰ ਸਿੰਘ ਜੰਮੂ ਵਾਲਿਆਂ ਨੇ ਸੀਪੀਐਲ ਸਿੰਘ ਦੇ ਯਾਦਗਾਰੀ ਚਿੰਤੇ ਅਰਦਾਸ ਕੀਤੀ ਅਤੇ ਸਾਰੇ ਸਿਪਾਹੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਲਈ ਅਰਦਾਸ ਕੀਤੀ। ਅਰਦਾਸ ਉਪਰੰਤ ਗਿਆਨੀ ਸੁਰਿੰਦਰ ਸਿੰਘ ਜੰਮੂ ਜੀ ਵੱਲੋਂ ਸ਼ਹੀਦ ਸੀਪੀਐਲ ਗੁਰਪ੍ਰੀਤ ਸਿੰਘ ਦੇ ਪਰਿਵਾਰ ਨੂੰ ਸਿਰਪਾਉ ਨਾਲ ਸਨਮਾਨਿਤ ਕੀਤਾ ਗਿਆ। ਪੂਰੀ ਦੁਨੀਆ ਵਿੱਚ ਇੱਕ ਲੰਮੀ ਅਤੇ ਮਸ਼ਹੂਰ ਫੌਜੀ ਸੇਵਾ ਦੇ ਬਾਵਜੂਦ ਸਿੱਖ ਅਮਰੀਕੀ ਫੌਜ ਦੇ ਦਰਜੇ ਵਿੱਚ ਧਾਰਮਿਕ ਆਜ਼ਾਦੀ ਲਈ ਲੜਦੇ ਰਹੇ। ਸਾਲਾਂ ਤੋਂ ਵਕਾਲਤ ਦੇ ਕੰਮ ਅਤੇ ਸਾਵਾ ਦ ਸਿੱਖ ਕੋਲੀਸ਼ਨ ਸਲਡੇਫ ਅਤੇ ਏਸੀਐਲਯੂ ਦੇ ਦਬਾਅ ਤੋਂ ਬਾਅਦ US ਆਰਮੀ ਅਤੇ 에어포스 ਨੇ ਆਪਣੀ ਵਰਦੀ ਨੀਤੀਆਂ ਬਦਲੀਆਂ ਤਾਂ ਜੋ ਸਿੱਖਾ ਮੁਸਲਮਾਨਾ ਅਤੇ ਹੋਰ ਘੱਟ ਗਿਣਤੀਆਂ ਨੂੰ ਵਰਦੀ ਵਿੱਚ ਰਹਿੰਦੇ ਹੋਏ ਆਪਣੇ ਵਿਸ਼ਵਾਸ ਦੇ ਲੇਖਾ ਨੂੰ ਕਾਇਮ ਰੱਖਣ ਦੀ ਆਗਿਆ ਦਿੱਤੀ ਜਾ ਸਕੇ USMC ਜਲ ਸੈਨਾ ਤੱਟ ਰੱਖਿਆ ਕਰਤੇ US ਪਬਲਿਕ ਹੈਲਥ ਸਰਵਿਸ ਅਜੇ ਵੀ ਸਿੱਖਾਂ ਨੂੰ ਵਰਦੀ ਵਿੱਚ ਹੋਣ ਦੇ ਦੌਰਾਨ ਆਪਣੀ ਦ੍ਰਿੜਤਾ ਨਾਲ ਪਗੜੀ ਅਤੇ ਦਾੜੀ ਰੱਖਣ ਦੀ ਆਗਿਆ ਨਹੀਂ ਦਿੱਤੀ एलटीसी कमल सिंह कलसी ਨੇ ਕਿਹਾ ਕਿ ਅੱਜ ਅਸੀਂ ਸ਼ਹੀਦ ਸੀਪੀਐਲ ਗੁਰਪ੍ਰੀਤ ਸਿੰਘ ਦੇ ਜੀਵਨ ਅਤੇ ਕੁਰਬਾਨੀ ਦਾ ਸਨਮਾਨ ਕਰਦੇ ਹਾਂ ਅਤੇ ਉਹਨਾਂ ਨੂੰ ਯਾਦ ਕਰਦੇ ਹਾਂ ਯੂਨਾਈਟਿਡ ਸਟੇਟਸ ਮਰੀਨ ਕੋਰ ਨੇ ਉਹਨਾਂ ਦੀ ਦੇਸ਼ ਭਗਤੀ ਅਤੇ ਕੁਰਬਾਨੀ ਨੂੰ ਇਸ ਯਾਦਗਾਰੀ ਚਿੰਨ ਨਾਲ ਸਨਮਾਨਿਤ ਕੀਤਾ ਸੇਵਾ ਕਰਨ ਦੀ ਇੱਛਾ ਤੇ ਬੇਇਨਸਾਫੀ ਨਾਲ ਲੜਨ ਦੀ ਆਪਣੀ ਇੱਛਾ ਦੇ ਨਾਲ ਸਿੱਖ ਨੌਜਵਾਨ ਆਪਣੀ ਪੱਗਾਂ ਤੇ ਦਾੜ੍ਹੀਆਂ ਦੇ ਨਾਲ ਸਮੁੰਦਰੀ ਫੌਜਾਂ ਵਿੱਚ ਸ਼ਾਮਲ ਹੋਣ ਦੀ ਉਠੀ ਕਰ ਰਹੇ ਹਨ ਤਾਂ ਜੋ ਉਹ ਵਫਾਦਾਰੀ ਨਾਲ ਉਸ ਦੇਸ਼ ਦੀ ਸੇਵਾ ਅਤੇ ਰੱਖਿਆ ਕਰ ਸਕਣ ਜਿਸ ਨੂੰ ਉਹ ਘਰ ਕਹਿੰਦੇ ਹਨ ਪਿਛਲੇ 5 ਮਹੀਨਿਆਂ ਤੋਂ ਬਾਅਦ ਅਮਰੀਕਾ ਵਿੱਚ 1 ਲੱਖ ਤੋਂ ਜ਼ਿਆਦਾ ਨਵੇਂ ਕਰੋਨਾ ਸੰਕਰਮਿਤਾਂ ਦੀ ਪਛਾਣ ਹੋਈ ਹੈ ਫਰਵਰੀ ਤੋਂ ਬਾਅਦ ਇੱਥੇ ਆਏ ਇਸ ਸੰਕਰਮਣ ਦੇ ਅੰਕੜਿਆਂ ਦੇ ਪਿੱਛੇ ਕਰੋਨਾ ਵਾਇਰਸ ਦਾ ਡੈਲਟਾ ਵੇਰੀਐਂਟ ਹੈ ਦੇਸ਼ 'ਚ ਹੁਣ ਤੱਕ ਕੁੱਲ ਸੰਕਰਮਿਤਾਂ ਦਾ ਅੰਕੜਾ 3 ਕਰੋੜ 49 ਲੱਖ 43 ਹਜ਼ਾਰ 203 ਹੋ ਚੁੱਕਾ ਹੈ ਤੇ ਕੁੱਲ ਮੌਤਾਂ ਦੀ ਗਿਣਤੀ 6 ਲੱਖ 13 ਹਜ਼ਾਰ 6 ਹੈ ਇਹ ਅੰਕੜਾ ਅਮਰੀਕਾ ਦੀ ਚੌਨ ਹੌਪਕਿੰਸ ਯੂਨੀਵਰਸਿਟੀ ਵੱਲੋਂ ਸ਼ਨੀਵਾਰ ਸਵੇਰੇ ਜਾਰੀ ਕੀਤੇ ਗਏ ਹਨ ਵਿਸ਼ਵ ਸਿਹਤ ਸੰਗਠਨ ਵੱਲੋਂ ਦੇਸ਼ਾਂ ਵਿੱਚ ਵੱਧਦੇ ਸੰਕਰਮਣ ਨੂੰ ਦੇਖਦੇ ਹੋਏ ਬਿਆਨ ਜਾਰੀ ਕੀਤਾ ਗਿਆ ਹੈ ਕਿ ਡੈਲਟਾ ਵੈਰੀਐਂਟ ਦੇ ਜ਼ਿਆਦਾ ਜਾਨ ਲੈਵਾ ਹੋਣ ਤੋਂ ਪਹਿਲਾਂ ਹੀ ਇਸ ਦੀ ਰੋਗ ਦੇ ਲਈ ਸਖਤ ਪ੍ਰਬੰਧ ਕਰਨ ਦੀ ਜ਼ਰੂਰਤ ਹੈ। ਇਨੀ ਦਿਨੀ ਚੀਨ, ਸਪੇਨ, ਇੰਡੋਨੇਸ਼ੀਆ ਤੇ ਅਮਰੀਕਾ ਸਣੇ ਕਈ ਦੇਸ਼ ਡੈਲਟਾ ਵੈਰੀਐਂਟ ਦੀ ਰਿਪੀਟ ਦੇ ਵਿੱਚ ਹਨ। ਗਲੋਬਲ ਕਰੋਨਾ ਸੰਕਰਮਣ ਦੇ ਕੁੱਲ ਮਾਮਲੇ 19 ਕਰੋੜ 72 ਲੱਖ 76913 ਹੋ ਗਏ ਹਨ ਅਤੇ 4 ਕਰੋੜ 20 ਲੱਖ 7236 ਸੰਕਰਮਿਤਾਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਦੂਜੇ ਪਾਸੇ ਕਰੋਨਾ ਸੰਕਰਮਣ ਤੋਂ ਵਿਚਾਰ ਲਈ ਹੁਣ ਤੱਕ ਕਰੋਨਾ ਵੈਕਸੀਨ ਦੀਆਂ 4 ਅਰਬ 4 ਕਰੋੜ 26 ਲੱਖ 14173 ਕੋਰਾਕਾਂ ਦੁਨੀਆ ਭਰ ਦੇ ਵਿੱਚ ਦਿੱਤੀਆਂ ਜਾ ਚੁੱਕੀਆਂ ਹਨ। ਜ਼ਿਕਰਯੋਗ ਹੈ ਕਿ ਦੁਨੀਆ 'ਚ ਮਹਾਮਾਰੀ ਕੋਵਿਡ-19 ਦੀ ਸ਼ੁਰੂਆਤ ਨਾਲ ਹੀ ਸਭ ਤੋਂ ਬੁਰਾ ਦੌਰ ਅਮਰੀਕਾ 'ਚ ਸ਼ੁਰੂ ਹੋ ਗਿਆ ਸੀ। ਜਿਸ ਤੋਂ ਹੁਣ ਰਾਹਤ ਦੇ ਸੰਕੇਤ ਮਿਲਣ ਲੱਗੇ ਸਨ ਪਰ ਇਹ ਬਸ ਕੁਝ ਹੀ ਮਹੀਨੇ ਰਹੀ ਕਿਉਂਕਿ ਦੁਬਾਰਾ ਇੱਥੇ ਭਿਆਨਕ ਕਰੋਨਾ ਵਾਇਰਸ ਦੀ ਆਹਟ ਸੁਣਾਈ ਦੇਣ ਲੱਗ ਪਈ ਹੈ। ਅਮਰੀਕਾ ਦੇ ਫਲੋਰੀਡਾ ਰਾਜ ਵਿੱਚ ਕੋਵਿਡ-19 ਦੇ 21683 ਨਵੇਂ ਮਾਮਲੇ ਸਾਹਮਣੇ ਆਏ ਹਨ। ਜੁਮਾਹ ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਇੱਕ ਦਿਨ ਵਿੱਚ ਸਾਹਮਣੇ ਆਏ ਸਭ ਤੋਂ ਵੱਧ ਨਵੇਂ ਮਾਮਲੇ ਹਨ। ਸੰਗੀ ਸਿਹਤ ਵਿਭਾਗ ਦੇ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਇਨਫੈਕਸ਼ਨ ਦੇ ਵੱਧੇ ਮਾਮਲਿਆਂ ਨੂੰ ਦੇਖਦੇ ਹੋਏ ਥੀਮ ਪਾਰਕ ਰਿਜ਼ੋਰਟ ਨੇ ਇੱਥੇ ਆਉਣ ਵਾਲੇ ਲੋਕਾਂ ਤੋਂ ਇੱਕ ਵਾਰ ਫਿਰ ਮਾਸਕ ਲਗਾਉਂਦੀ ਅਪੀਲ ਕੀਤੀ ਹੈ ਬਹੁਤ ਚੂਤਕਾਰੀ ਡੈਲਟਾ ਵੈਰੀਐਂਟ ਦੇ ਲਗਾਤਾਰ ਪ੍ਰਸਾਰ ਦੇ ਵਿਚਕਾਰ ਫਲੋਰੀਡਾ ਅਮਰੀਕਾ ਵਿੱਚ ਵਾਇਰਸ ਦਾ ਨਵਾਂ ਕੇਂਦਰ ਬਣ ਗਿਆ ਹੈ ਦੇਸ਼ ਦੇ ਸਾਰੇ ਨਵੇਂ ਮਾਮਲਿਆਂ ਦਾ ਕਰੀਬ ਪੰਜਵਾਂ ਹਿੱਸਾ ਫਲੋਰੀਡਾ ਵਿੱਚ ਹੀ ਆ ਰਿਹਾ ਹੈ ਰਾਜ ਵਿਧਾਇਕਾਂ ਦੇ ਨਾਲ ਹੀ ਰਿਪਬਲਿਕਨ ਪਾਰਟੀ ਤੋਂ ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਨੇ ਲਾਜ਼ਮੀ ਤੌਰ ਤੇ ਮਾਸਕ ਪਾਉਣ ਅਤੇ ਟੀਕੇ ਦੀਆਂ ਲੋੜਾਂ ਦਾ ਵਿਰੋਧ ਕੀਤਾ ਹੈ ਤੇ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ਾਂ ਤੇ ਪਾਬੰਦੀਆਂ ਦਾ ਪਾਲਣ ਕਰਾਉਣ ਨਾਲ ਸੰਬੰਧਤ ਸਥਾਨਕ ਅਧਿਕਾਰੀਆਂ ਤੇ ਅਧਿਕਾਰਾਂ ਨੂੰ ਸੀਮਤ ਕਰ ਦਿੱਤਾ ਹੈ। ਅਗਲੇ ਮਹੀਨੇ ਤੋਂ ਸਕੂਲਾਂ ਵਿੱਚ ਕਲਾਸਾਂ ਸ਼ੁਰੂ ਹੋਣ ਦੇ ਮੱਦੇਨਜ਼ਰ ਡਿਸੈਂਟਿਸ ਨੇ ਸ਼ੁੱਕਰਵਾਰ ਨੂੰ ਵਿਦਿਆਰਥੀਆਂ ਵੱਲੋਂ ਮਾਸਕ ਪਾਉਣ ਦੀ ਲੋੜ ਨੂੰ ਖਤਮ ਕਰ ਦਿੱਤਾ। ਨਵੇਂ ਮਾਮਲਿਆਂ ਦੀ ਪੁਸ਼ਟੀ ਸ਼ੁੱਕਰਵਾਰ ਨੂੰ ਹੋਈ ਅਤੇ ਇਹਨਾਂ ਨੂੰ ਸ਼ਨੀਵਾਰ ਨੂੰ ਅਮਰੀਕਾ ਦੇ ਰੋਕ ਕੰਟਰੋਲ ਅਤੇ ਰੋਕਥਾਮ ਕੇਂਦਰਾਂ ਦੀ ਵੈੱਬਸਾਈਟ 'ਤੇ ਜਾਰੀ ਕੀਤਾ ਗਿਆ। ਪੂਰੀ ਦੁਨੀਆ 'ਚ ਕਰੋਨਾ ਵਾਇਰਸ 2019 ਤੋਂ ਕੈਰ ਵਾਰ ਆ ਰਿਹਾ ਹੈ ਤੇ ਇਸ ਦੇ ਡੈਲਟਾ ਵੇਰੀਐਂਟ ਨੇ ਵਾਇਰਸ ਦੇ ਕਾਬੂ ਪਾ ਚੁੱਕੇ ਦੇਸ਼ਾਂ ਦੀ ਇੱਕ ਵਾਰ ਫਿਰ ਚਿੰਤਾ ਵਧਾ ਦਿੱਤੀ ਹੈ। ਇਸੇ ਦਰਮਿਆਨ ਵਿਗਿਆਨੀਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਕਰੋਨਾ ਵਾਇਰਸ ਦਾ ਅਗਲਾ ਰੂਪ ਬਹੁਤ ਹੀ ਖਤਰਨਾਕ ਸਾਬਤ ਹੋ ਸਕਦਾ ਹੈ। ਇਹ ਇੰਨਾ ਖਤਰਨਾਕ ਹੈ ਕਿ 3 'ਚੋਂ 1 ਵਿਅਕਤੀ ਦੀ ਜਾਨ ਲੈ ਸਕਦਾ ਹੈ। ਬ੍ਰਿਟਾਨੀਆ ਸਰਕਾਰ ਦੇ ਚੋਟੀ ਦੇ ਵਿਗਿਆਨੀਆਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਲੰਡਨ ਦੇ ਸਾਇੰਟਿਫਿਕ ਐਡਵਾਈਜ਼ਰੀ ਗਰੁੱਪ ਫਾਰ ਐਮਰਜੈਂਸੀ ਨੇ ਇਸ ਨੂੰ ਲੈ ਕੇ ਦਸਤਾਵੇਜ਼ ਜਾਰੀ ਕੀਤਾ ਹੈ। ਇਸ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਭਵਿੱਖ ਵਿੱਚ ਆਉਣ ਵਾਲਾ ਕਰੋਨਾ ਦਾ ਨਵਾਂ ਰੂਪ ਸੁਪਰ ਮਿਊਟੈਂਟ ਵੇਰੀਐਂਟ ਬਹੁਤ ਜ਼ਿਆਦਾ ਖਤਰਨਾਕ ਹੋਵੇਗਾ ਸਰਕਾਰ ਦੇ ਮਾਹਿਰਾਂ ਦੇ ਪੈਨਲ ਨੇ ਦਾਅਵਾ ਕੀਤਾ ਹੈ ਕਿ ਕੋਈ ਖਤਰਨਾਕ ਵੇਰੀਐਂਟ ਉਦੋਂ ਤਿਆਰ ਹੁੰਦਾ ਹੈ ਜਦੋਂ ਵਾਇਰਸ ਆਪਣੇ ਸਿਖਰ ਤੇ ਹੁੰਦਾ ਹੈ ਜਿਸ ਤਰ੍ਹਾਂ ਇਸ ਸਮੇਂ ਬ੍ਰਿਟਾਨੀਆ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜ਼ਿਕਰਯੋਗ ਹੈ ਕਿ ਬ੍ਰਿਟੇਨ ਚ ਵੱਡੀ ਪੱਧਰ ਤੇ ਟੀਕਾ ਕਰਨ ਦੇ ਬਾਵਜੂਦ ਵਾਇਰਸ ਨੂੰ ਰੋਕ ਸਕਣਾ ਮੁਸ਼ਕਲ ਹੋਵੇਗਾ ਇਨ੍ਹਾਂ ਸਰਦੀਆਂ 'ਚ ਬੂਸਰ ਟੀਕਾ ਲਾਉਣ ਤੇ ਵਾਇਰਸ ਨੂੰ ਫੈਲਣ ਤੋਂ ਰੋਕ ਕੇ 뮤ਟੈਂਟ ਵੇਰੀਐਂਟ ਨੂੰ ਰੋਕਣ 'ਚ ਮਦਦ ਮਿਲ ਸਕਦੀ ਹੈ। ਵਿਗਿਆਨੀਆਂ ਵੱਲੋਂ ਤਿਆਰ ਦਸਤਾਵੇਜ਼ ਦੇ ਵਿੱਚ ਕਿਹਾ ਗਿਆ ਹੈ ਕਿ ਮੰਤਰੀਆਂ ਨੂੰ ਉਹਨਾਂ ਜਾਨਵਰਾਂ ਨੂੰ ਮਾਰਨ ਜਾਂ ਉਹਨਾਂ ਦਾ ਟੀਕਾਕਰਨ ਕਰਨ 'ਤੇ ਵਿਚਾਰ ਕਰਨਾ ਚਾਹੀਦਾ ਹੈ ਜਿਨ੍ਹਾਂ ਵਿੱਚ ਵਾਇਰਸ ਪੈਦਾ ਹੋ ਸਕਦਾ ਹੈ। ਹਾਲਾਂਕਿ ਐਸਜੀਈ ਦੇ ਦਸਤਾਵੇਜ਼ 'ਚ ਵਿਗਿਆਨੀਆਂ ਨੇ ਸਿਰਫ ਸੁਪਰ 뮤ਟੈਂਟ ਵੇਰੀਐਂਟ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ ਪਰ ਇਸ ਦਾ ਨਾਂ ਨਹੀਂ ਦੱਸਿਆ। ਮਾਹਿਰਾਂ ਦੀ ਟੀਮ ਨੇ ਸਵੀਕਾਰ ਕੀਤਾ ਹੈ ਕਿ ਵੈਕਸੀਨ ਉਦੋਂ ਤੱਕ ਕੰਮ ਕਰੇਗੀ ਜਦੋਂ ਤੱਕ ਕਿ ਕੋਈ ਜ਼ਿਆਦਾ ਸ਼ਕਤੀਸ਼ਾਲੀ ਵੈਰੀਐਂਟ ਪੈਦਾ ਨਹੀਂ ਹੋ ਜਾਂਦਾ ਪਰ ਵੈਕਸੀਨ ਪੂਰੀ ਤਰ੍ਹਾਂ ਬਿਮਾਰੀ ਨੂੰ ਰੋਕ ਨਹੀਂ ਸਕਦੀ ਪੰਜਾਬ ਦੇ ਲੰਬੀ ਹਲਕੇ ਦੇ ਪਿੰਡ ਕਬਰਵਾਲਾ ਦੀ ਖਿਡਾਰਨ ਕਮਲਪ੍ਰੀਤਕੌਰ ਬਾਲ ਨੇ ਟੋਕੀਓ 올림픽ਸ ਵਿੱਚ ਡਿਸਕਸ ਥਰੋ ਮੁਕਾਬਲੇ ਦੇ ਫਾਈਨਲ ਵਿੱਚ ਪ੍ਰਵੇਸ਼ ਕਰਕੇ ਆਪਣਾ ਵਜੂਦ ਦਰਸਾ ਦਿੱਤਾ ਹੈ ਉਸ ਦਾ ਥਰੋ 64 ਮੀਟਰ ਰਿਹਾ ਹੋਂ ਤੱਕ ਡਿਸਕਸ ਥਰੋ ਵਿੱਚ ਵਕ ਵਕ ਰਿਕਾਰਡ ਤੋੜਨ ਲਈ ਜਾਣੀ ਜਾਂਦੀ ਕਮਲਪ੍ਰੀਤ ਇੱਕ ਹੋਰ ਰਿਕਾਰਡ ਤੋੜ ਕੇ 올림픽 ਵਿੱਚ ਭਾਰਤ ਵੱਲੋਂ ਸਭ ਤੋਂ ਵੱਧ ਸਕੋਰ ਬਣਾਉਣ ਵਾਲੀ ਖਿਡਾਰੀ ਬਣ ਗਈ ਹੈ ਉਹ ਪਹਿਲਾਂ ਹੀ ਡਿਸਕਸ ਥਰੋ ਦੇ ਵਿੱਚ 65 ਮੀਟਰ ਸਕੋਰ ਬਣਾਉਣ ਵਾਲੀ ਭਾਰਤੀ ਮਹਿਲਾ ਐਥਲੀਟ ਹੈ ਉਥੇ ਹੀ ਕਮਲਪ੍ਰੀਤ कौर ਦੇ ਪਿਤਾ ਨੇ ਆਖਿਆ ਕਿ ਉਸ ਨੂੰ ਯਕੀਨ ਹੈ ਕਿ ਉਸ ਦੀ ਧੀ 올림픽 ਵਿੱਚ ਤਗਮਾ ਜ਼ਰੂਰ ਲਿਆਏਗੀ ਦੱਸਣ ਜੋਗ ਹੈ ਕਿ ਕਰੀਬ 9 ਸਾਲਾਂ ਚ ਡਿਸਕਸ ਥਰੋ ਵਿੱਚ ਸਿੱਖਰਲੇ ਪੜਾਅ ਤੇ ਪੁੱਜਣ ਵਾਲੀ ਕਮਲਪ੍ਰੀਤ ਦਾ ਖੇਡ ਸਫਰ ਸੌਖਾ ਨਹੀਂ ਰਿਹਾ ਕਮਲਪ੍ਰੀਤ ਨੇ ਜਿੱਤਾਂ ਦੀ ਲੜੀ 2014 ਚ ਜੂਨੀਅਰ ਨੈਸ਼ਨਲ ਡਿਸਕਸ ਥਰੋ ਦੇ ਵਿੱਚ 39 ਮੀਟਰ ਸਕੋਰ ਨਾਲ ਸੋਨ ਤਗਮੇ ਤੋਂ ਵਿੱਢੀ। ਉਸੇ ਸਾਲ ਉਸਨੇ ਸਕੂਲ ਖੇਡਾਂ ਅਤੇ 2016 ਦੇ ਵਿੱਚ ਓਪਨ ਨੈਸ਼ਨਲ ਦੇ ਵਿੱਚ ਸੋਨ ਤਗਮੇ ਫੰਡੇ। ਸੀਨੀਅਰ ਨੈਸ਼ਨਲ ਫੈਡਰੇਸ਼ਨ ਮੁਕਾਬਲੇ ਵਿੱਚ ਸਾਲ 2018, 2019 ਤੇ 2021 ਵਿੱਚ ਲਗਾਤਾਰ ਸੋਨ ਤਗਮੇ ਜਿੱਤ ਕੇ ਉਸਨੇ ਖਦਮ ਸਾਬਤ ਕੀਤਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਸਪ੍ਰਕਟਾਈ ਕੇ ਕਮਲਪ੍ਰੀਤ 올림픽 ਵਿੱਚੋਂ ਤਗਮਾ ਜਿੱਤ ਕੇ ਭਾਰਤ ਅਤੇ ਲੰਬੀ ਹਲਕੇ ਦਾ ਮਾਣ ਵਧਾਏਗੀ ਉਹਨਾਂ ਨੇ ओएसडी ਗੁਰਚਰਨ ਸਿੰਘ ਅਤੇ ਅਕਾਲੀ ਆਗੂ ਪਰਮਿੰਦਰ ਸਿੰਘ ਕੋਲਿਆਵਾਲੀ ਨੂੰ ਕਮਲਪ੍ਰੀਤ ਕੌਰ ਦੇ ਪਰਿਵਾਰ ਨੂੰ ਵਧਾਈ ਦੇਣ ਲਈ ਪਿੰਡ ਕਬਰਵਾਲਾ ਭੇਜਿਆ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਫਾਈਨਲਸ ਚ ਪਹੁੰਚਣ ਲਈ ਕੌਰ ਨੂੰ ਟਵੀਟ ਕਰਕੇ ਵਧਾਈ ਦਿੱਤੀ ਉਹਨਾਂ ਟਵੀਟ ਕੀਤਾ ਕਿ ਕਮਲਪ੍ਰੀਤ ਕੌਰ ਫਾਈਨਲਸ ਲਈ ਕੁਆਲੀਫਾਈ ਕਰਨ ਲਈ ਵਧਾਈ ਹੋਵੇ ਸਾਨੂੰ ਤੁਹਾਡੇ ਤੇ ਮਾਣ ਹੈ ਇਸੇ ਲਹਿਰ ਨੂੰ ਜਾਰੀ ਰੱਖਣਾ ਮੈਨੂੰ ਭਰੋਸਾ ਹੈ ਕਿ ਤੁਸੀਂ 올림픽 ਖੇਡਾਂ 'ਚ ਸ਼ਾਨਦਾਰ ਕੋਸ਼ਿਸ਼ ਨਾਲ ਤਮਗਾ ਜਿੱਤੋਗੇ ਬ੍ਰਿਟਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਇਸ ਸਾਲ ਫਿਰ ਤੋਂ ਪਿਤਾ ਬਨੰਦੀ ਆਸ ਵਿੱਚ ਹਨ ਉਹਨਾਂ ਦੀ ਪਤਨੀ ਕੈਰੀ ਗਰਭवती ਹੈ ਅਤੀ ਦਸੰਬਰ ਵਿੱਚ ਉਹਨਾਂ ਦੇ ਦੂਜੇ ਬੱਚੇ ਦਾ ਜਨਮ ਹੋ ਸਕਦਾ ਹੈ ਕੈਰੀ ਨੇ ਇੰਸਟਾਗ੍ਰਾਮ ਤੇ ਗਰਭਤੀ ਹੋਣ ਬਾਰੇ ਐਲਾਨ ਕੀਤਾ ਅਤੇ ਦੱਸਿਆ ਕਿ ਇਸ ਸਾਲ ਉਹਨਾਂ ਦਾ ਮਿਸਕਾਰੇਜ ਵੀ ਹੋਇਆ ਸੀ ਇਸ ਲਈ ਉਹਨਾਂ ਨੇ ਆਪਣੇ ਹੋਣ ਵਾਲੇ ਬੱਚੇ ਨੂੰ ਰੇਨਬੋ ਬੇਬੀ ਨਾਮ ਦਿੱਤਾ ਹੈ ਪਿਛਲੇ ਸਾਲ April ਵਿੱਚ ਜੋੜੇ ਦਾ ਪਹਿਲਾ ਬੱਚਾ ਹੋਇਆ ਸੀ ਜੌਨਸਨ ਅਤੇ ਉਸ ਦੀ ਪਤਨੀ ਨੇ ਇਸ ਸਾਲ May ਵਿੱਚ ਲੰਡਨ ਸਿਤਿ ਵੈਸਟਮਿੰਸਟਰ ਕੈਥੈਡਰਲ ਵਿੱਚ আয়োজিত ਇੱਕ ਛੋਟੇ ਸਮਾਰੋਹ ਵਿੱਚ ਵਿਆਹ ਕੀਤਾ ਸੀ ਗਰਭਵਤੀ ਹੋਣ ਦੀ ਜਾਣਕਾਰੀ ਦਿੰਦੇ ਹੋਏ ਕੈਰੀ ਨੇ ਪੋਸਟ ਵਿੱਚ ਲਿਖਿਆ ਆਸ ਕਰ ਰਹੇ ਹਾਂ ਕਿ ਇਸ ਕ੍ਰਿਸਮਸ ਤੇ ਸਾਡਾ ਰੇਨਬੋ ਬੇਬੀ ਆਵੇਗਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਛੇਤੀ ਹੀ ਸ਼ਹੀਦ ਉਦਮ ਸਿੰਘ ਦੇ ਪਿਸਤੌਲ ਅਤੇ ਡਾਇਰੀ ਨੂੰ ਯੂਕੇ ਤੋਂ ਵਾਪਸ ਲੈਣ ਦਾ ਮੁੱਦਾ ਕੇਂਦਰੀ ਵਿਦੇਸ਼ ਮੰਤਰਾਲੇ ਕੋਲ ਉਠਾਇਆ ਜਾਵੇਗਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੰਤ ਤੱਕ ਕੋਸ਼ਿਸ਼ਾਂ ਸਦਕਾ ਸ਼ਹੀਦ ਦੀਆਂ ਅਸਤੀਆਂ 40 ਸਾਲਾਂ ਬਾਅਦ ਭਾਰਤ ਵਾਪਸ ਲੈਆਂ ਦੀਆਂ ਗਈਆਂ ਉਹਨਾਂ ਨੇ ਕਿਹਾ ਕਿ ਹੁਣ ਸ਼ਹੀਦ ਉਦਮ ਸਿੰਘ ਦੀ ਪਿਸਤੌਲ ਜਿਸ ਨਾਲ ਉਹਨਾਂ ਨੇ ਪੰਜਾਬ ਦੇ ਤਤਕਾਲੀ ਲੈਫਟੀਨੈਂਟ ਗਵਰਨਰ ਮਾਈਕਲ ਉਡਵਾਇਰ ਨੂੰ ਮਾਰਿਆ ਸੀ ਸਕਾਟਲੈਂਡ ਵਿੱਚ ਹੈ ਅਤੇ ਉਹਨਾਂ ਦੀ ਡਾਇਰੀ ਵੀ ਉੱਥੇ ਹੀ ਕਿਤੇ ਹੈ ਉਹਨੇ ਕਿਹਾ ਕਿ ਭਾਰਤ ਸਰਕਾਰ ਨੂੰ ਇਹ ਮਾਮਲਾ ਬ੍ਰਿਟਿਸ਼ ਹਾਈ ਕਮਿਸ਼ਨ ਕੋਲ ਉਠਾਉਣਾ ਚਾਹੀਦਾ ਹੈ ਤਾਂ ਜੋ ਸ਼ਹੀਦ ਉਦਮ ਸਿੰਘ ਨਾਲ ਸੰਬੰਧਿਤ ਇਹ ਚੀਜ਼ਾਂ ਵਾਪਸ ਲਿਆਂਦੀਆਂ ਜਾ ਸਕਣ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਹਾਨ ਸ਼ਹੀਦ ਦੀ ਇਹ ਇਮਾਰਤ ਵਿਦੇਸ਼ ਤੋਂ ਵਾਪਸ ਲਿਆਉਣ ਤੋਂ ਬਾਅਦ ਇਹਨਾਂ ਨੂੰ ਆਮ ਲੋਕਾਂ ਲਈ ਇੱਥੇ ਦੇ ਅਜਾਇਬ ਘਰ ਦੇ ਵਿੱਚ ਰੱਖਿਆ ਜਾਵੇਗਾ ਕਿਉਂਕਿ ਸਰਕਾਰ ਇਹਨਾਂ ਨੂੰ ਵਿਸ਼ਵ ਪੱਧਰੀ ਇਤਿਹਾਸਕ ਯਾਦਗਾਰ ਬਣਾਉਣਾ ਚਾਹੁੰਦੀ ਹੈ NSW ਹੈਲਥ ਦਾ ਕਹਿਣਾ ਹੈ ਕਿ ਦੱਖਣ ਪੱਛਮੀ ਅਤੇ ਪੱਛਮੀ ਸਿਡਨੀ ਦੇ ਵਿੱਚ ਕੋਵਿਡ-19 ਹੌਟਸਪੌਟ ਦੇ ਵਿੱਚ ਰਹਿਣ ਵਾਲੇ ਲੋਕਾਂ ਲਈ ਮਾਸਕ ਦੇ ਸਖਤ ਨਿਯਮ ਥੋੜੇ ਬਦਲੇ ਗਏ ਹਨ NSW ਨੇ ਕਿਹਾ ਹੈ ਕਿ ਜਿਹੜੇ ਲੋਕ ਕੈਂਟਰਬਰੀ, ਬੈਂਕਸਟਾਊਨ, ਫੇਅਰਫੀਲਡ, ਲਿਵਰਪੂਲ, ਬਲੈਕਟਾਊਨ, ਕੰਬਰਲੈਂਡ, ਪੈਰਾਮੀਟਾ, ਕੈਂਬਲਟਾਊਨ ਅਤੇ ਜਾਰਜਸ ਰੀਵਰ ਦੇ ਕਾਉਂਸਲ ਖੇਤਰਾਂ ਦੇ ਵਿੱਚ ਰਹਿੰਦੇ ਹਨ ਉਹਨਾਂ ਨੂੰ ਹੁਣ ਆਪਣੀ ਕਾਰ ਵਿੱਚ ਜਾਂ ਗੱਡੀ ਚਲਾਉਣ ਦੇ ਸਮੇਂ ਜਾਂ ਕਸਰਤ ਕਰਦੇ ਸਮੇਂ ਮਾਸਕ ਪੈਨੰਦੀ ਜ਼ਰੂਰਤ ਨਹੀਂ ਹੈ ਪਰ ਜਿਹੜੇ ਲੋਕੇ ਨਾ ਅਠ ਸਥਾਨਕ ਸਰਕਾਰੀ ਖੇਤਰਾਂ ਤੋਂ ਬਾਹਰ ਰਹਿੰਦੇ ਹਨ ਉਹਨਾਂ ਨੂੰ ਅਜੇ ਵੀ ਮਾਸਕ ਪਾ ਕੇ ਰੱਖਣਾ ਲਾਜ਼ਮੀ ਹੈ ਨਹੀਂ ਤਾਂ ਉਹਨਾਂ ਨੂੰ 500 ਡਾਲਰ ਦਾ ਜੁਰਮਾਨਾ ਹੋ ਸਕਦਾ ਹੈ ਆਸਟ੍ਰੇਲੀਆ ਦੇ ਸੂਬਾ ਕੁਈਨਜ਼ਲੈਂਡ ਦੇ ਦੱਖਣੀ ਪੂਰਬੀ ਖੇਤਰ ਦੇ ਵਿੱਚ 6 ਨਵੇਂ ਕੋਵਿਡ-19 ਕੇਸ ਦਰਜ ਹੋਣ ਤੋਂ ਬਾਅਦ ਸੂਬਾ ਸਰਕਾਰ ਵੱਲੋਂ 11 ਸਥਾਨਕ ਖੇਤਰਾਂ ਲਈ 3 ਦਿਨਾਂ ਤਤਕਾਲ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਹੈ ਜੋ ਸ਼ਨੀਵਾਰ ਸ਼ਾਮੀ 4 ਵਜੇ ਤੋਂ ਲੈ ਕੇ ਮੰਗਲਵਾਰ ਸ਼ਾਮ 4 ਵਜੇ ਤੱਕ ਲਾਗੂ ਰਹੇਗੀ ਇਹਾਰੇ 6 ਮਾਮਲੇ ਬ੍ਰਿਸਬੇਨ ਦੇ ਪੱਛਮ ਵਿੱਚ ਇੰਡਰੋਪਲੀ ਸਟੇਟ ਹਾਈ ਸਕੂਲ ਦੇ ਕੱਲ ਦੇ ਕੇਸ ਨਾਲ ਜੁੜੇ ਹੋਏ ਹਨ ਡਿਪਟੀ ਪ੍ਰੀਮੀਅਰ ਸਟੀਵਨ ਮਾਈਲਜ਼ ਨੇ ਕਿਹਾ ਹੈ ਕਿ ਇਹ ਤਾਲਾਬੰਦੀ ਛੁੱਟੀ ਅਤੇ ਸਖਤ ਹੋਵੇਗੀ ਪਰ ਇਹ ਬਹੁਤ ਜ਼ਰੂਰੀ ਹੈ ਇਹ ਤਾਲਾਬੰਦੀ ਬ੍ਰਿਸਬੇਨ ਲੋਗਨ ਮਾਰਟਨ ਬੇ ਇਪਸਵਿਚ ਰੈਡ ਲੈਂਡਸ ਸੰਸ਼ਾਈਨ ਕੋਸਟ ਗੋਲਕੂਸ ਨੂਸਾ ਸਮਸੈਟ ਲੋਕਰ ਵੈਲੀ ਤੇ ਸਿਨਿਕ ਰਿਮ ਖੇਤਰਾਂ ਦੇ ਲਈ ਹੋਵੇਗੀ ਸਿਹਤ ਅਧਿਕਾਰੀਆਂ ਅਨੁਸਾਰ ਇਨ੍ਹਾਂ ਸਥਾਨਕ ਸਰਕਾਰੀ ਖੇਤਰਾਂ ਦੇ ਲੋਕ ਸਿਰਫ ਜ਼ਰੂਰੀ ਕਾਰਨਾ ਕਰਕੇ ਘਰੋਂ ਬਾਹਰ ਨਿਕਲ ਸਕਦੇ ਹਨ ਜਿਸ ਵਿੱਚ 10 ਕਿਲੋਮੀਟਰ ਦੇ ਅੰਦਰ ਕਰਿਆਨੇ ਦਵਾਈਆਂ ਖਰੀਦਣਾ ਕਸਰਤ ਜਾਂ ਜ਼ਰੂਰੀ ਕੰਮਾਂ ਦੇ ਲਈ ਜਾਣਾ ਸ਼ਾਮਲ ਹੈ ਜ਼ਰੂਰੀ ਸੇਵਾਵਾਂ ਦੇ ਕਰਮਚਾਰੀਆਂ ਨੂੰ ਛੂਟ ਹੋਵੇਗੀ ਅਤੇ ਕੋਵਿਡ ਟੀਕਾਕਰਨ ਚੱਲਦਾ ਰਹੇਗਾ ਬੱਚਿਆਂ ਲਈ ਸਕੂਲ ਬੰਦ ਰਹਿਣਗੇ ਅਤੇ ਘਰ ਤੋਂ ਬਾਹਰ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ ਅਫਗਾਨਿਸਤਾਨ ਵਿੱਚ ਸੁਰੱਖਿਆ ਫੋਰਸ ਨੇ ਤਾਲਿਬਾਨ ਦੇ ਨਾਲ جاری ਸੰਘਰਸ਼ ਦੌਰਾਨ ਕਈ ਸੂਬਿਆਂ ਵਿੱਚ ਅਤਵਾਦੀਆਂ ਨੂੰ ਨਿਸ਼ਾਨਾ ਬਣਾਇਆ ਹੈ। ਸੁਰੱਖਿਆ ਫੋਰਸ ਨੇ ਬੀਤੇ 24 ਘੰਟਿਆਂ ਵਿੱਚ 100 ਤੋਂ ਜ਼ਿਆਦਾ ਅਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ ਅਤੇ 90 ਜ਼ਖਮੀ ਹੋਏ ਹਨ। ਸਮਾਚਾਰ ਏਜੰਸੀ ਸ਼ਿਨਹੂਆ ਮੁਤਾਬਕ ਹੈਰਾਤ ਸੂਬੇ ਵਿੱਚ ਸੁਰੱਖਿਆ ਫੋਰਸ ਦੀ ਮੁਹਿੰਮ ਵਿੱਚ 52 ਤਾਲਿਬਾਨੀ ਅਤਵਾਦੀ ਮਾਰੇ ਗਏ ਅਤੇ 47 ਜ਼ਖਮੀ ਹੋ ਗਏ। ਇਹ ਮੁਹਿੰਮ ਰਾਜਧਾਨੀ ਹੈਰਾਤ ਸਿਟੀ ਅਤੇ ਇਸ ਦੇ ਨੇੜੇ ਦੇ ਜ਼ਿਲ੍ਹਿਆਂ ਦੇ ਵਿੱਚ ਚਲਾਈ ਗਈ। ਸੁਰੱਖਿਆ ਫੋਰਸ ਦੇ ਸਮਰਥਨ 'ਚ ਅਫਗਾਨ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਕਈ ਥਾਵਾਂ ਤੇ ਹਵਾਈ ਹਮਲੇ ਵੀ ਕੀਤੇ ਅਫਗਾਨ ਰੱਖਿਆ ਮੰਤਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਹੈਰਾ ਦੇ ਕੋਰੀਅਨ ਜ਼ਿਲ੍ਹੇ ਦੇ ਵਿੱਚ 13 ਤਾਲਿਬਾਨੀ ਅਤਵਾਦੀ ਮਾਰੇ ਗਏ ਅਤੇ 22 ਜ਼ਖਮੀ ਹੋ ਗਏ ਇੱਥੇ ਹਵਾਈ ਹਮਲੇ 'ਚ ਅਤਵਾਦੀਆਂ ਦੇ 7 ਵਾਹਨਾਂ ਅਤੇ ਵੱਡੀ ਗਿਣਤੀ ਵਿੱਚ ਗੋਲਾ ਬਾਰੂਦ ਨੂੰ ਵੀ ਤਬਾਹ ਕਰ ਦਿੱਤਾ ਗਿਆ ਜਦਕਿ ਹੇਲਮੰਦ ਸੂਬੇ ਦੀ ਰਾਜਧਾਨੀ ਲਸ਼ਕਰ ਗਾਂ ਦੇ ਬਾਰੀ ਇਲਾਕਿਆਂ 'ਚ ਕੀਤੇ ਗਏ ਹਮਲਿਆਂ ਵਿੱਚ ਤਾਲਿਬਾਨ ਦੇ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਇੱਥੇ ਵੀ ਕਈ ਅਤਵਾਦੀਆਂ ਦੇ ਮਰਨ ਅਤੇ ਜ਼ਖਮੀ ਹੋਣ ਦੀ ਖਬਰ ਹੈ ਇਦਰ ਕੰਧਾਰ ਸੂਬੇ ਦੇ ਚਾਰੀ ਜ਼ਿਲ੍ਹੇ ਚ ਤਾਲਿਬਾਨੀ ਹਤਵਾਦੀਆਂ ਦੇ ਇੱਕ ਸਮੂਹ ਨੂੰ ਨਿਸ਼ਾਨਾ ਬਣਾਇਆ ਗਿਆ ਇੱਥੇ ਹਵਾਈ ਹਮਲੇ ਚ 36 ਹਤਵਾਦੀਆਂ ਦੇ ਮਰਨ ਅਤੇ 20 ਦੇ ਜ਼ਖਮੀ ਹੋਣ ਦੀ ਖਬਰ ਹੈ ਉੱਥੇ ਹੀ ਸਵੀਡਨ ਵਿੱਚ ਪਾਕਿਸਤਾਨ ਦੂਤ ਘਰ ਦੇ ਸਾਹਮਣੇ ਸ਼ੁੱਕਰਵਾਰ ਨੂੰ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨਕਾਰੀਆਂ ਚ ਚੱਲ ਰਹੀ ਪ੍ਰੌਕਸੀ ਜੰਗ ਵਿੱਚ ਪਾਕਿਸਤਾਨ ਦੀ ਮਿਲਿਪੁਕਾ ਦਾ ਦੋਸ਼ ਲਗਾਇਆ ਇੱਕ ਅਧਿਕਾਰਤ ਬਿਆਨ ਮੁਤਾਬਕ ਅਫਗਾਨਿਸਤਾਨ ਦੇ ਰਹਿਣ ਵਾਲੇ ਸਮੇਤ 50 ਤੋਂ 60 ਲੋਕਾਂ ਦੇ ਇੱਕ ਸਮੂਹ ਨੇ ਸਵੀਡਨ ਵਿੱਚ ਪਾਕਿਸਤਾਨ ਦੇ ਸਾਹਮਣੇ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਕੀਤਾ ਪਾਕਿਸਤਾਨ ਵਿੱਚ ਗੈਸ ਤੇ ਖਾਣ ਪੀਣ ਵਾਲੀਆਂ ਜ਼ਰੂਰੀ ਚੀਜ਼ਾਂ ਦੀਆਂ ਵੱਧਦੀਆਂ ਕੀਮਤਾਂ ਤੋਂ ਪਰੇਸ਼ਾਨ ਲੋਕਾਂ ਨੂੰ ਹੁਣ ਜ਼ਬਰਦਸਤ ਬਿਜਲੀ ਕਟੌਤੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਬਲੂਚਿਸਤਾਨ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ 16 ਤੋਂ 18 ਘੰਟਿਆਂ ਤੱਕ ਦੀ ਬਿਜਲੀ ਕਟੌਤੀ ਹੋ ਰਹੀ ਹੈ ਪਰੇਸ਼ਾਨ ਲੋਕਾਂ ਦਾ ਗੁੱਸਾ ਹੁਣ ਕੇਂਦਰ ਦੀ ਇਮਰਾਨ ਸਰਕਾਰ ਖਿਲਾਫ ਨਿਕਲਣ ਲੱਗਾ ਹੈ ਇਸ ਕਟੌਤੀ ਤੋਂ ਪਰੇਸ਼ਾਨ ਲੋਕਾਂ ਨੇ ਸਰਕਾਰ ਖਿਲਾਫ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਸੜਕਾਂ ਤੇ ਉਤਰੇ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਖਿਲਾਫ ਪਲੇਕਾਡ ਬੈਨਰ ਤਖਤੀਆਂ ਫੜੀਆਂ ਹੋਈਆਂ ਹੁਈਆਂ ਸਨ ਇਹਨਾਂ ਲੋਕਾਂ ਨੇ ਸਰਕਾਰ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਦੱਸ ਦਈਏ ਕਿ ਬਲੂਚਿਸਤਾਨ ਦੇ ਤਿੰਨ ਜ਼ਿਲ੍ਹੇ ਕੀਚ ਗਵਾਦਰ ਤੇ ਪੰਜਗੁਰ ਬਿਜਲੀ ਦੀ ਕਮੀ ਨਾਲ ਸਭ ਤੋਂ ਵੱਧ ਜੂਚ ਰਹੇ ਹਨ ਇੱਥੋਂ ਦਾ ਤਾਪਮਾਨ 51 ਤੋਂ 52 ਸੈਂਟੀਗ੍ਰੇਡ ਤੱਕ ਜਾ ਪਹੁੰਚਿਆ ਹੈ ਅਜਿਹੀ ਹਾਲਤ ਵਿੱਚ 18 ਘੰਟਿਆਂ ਦੇ ਪਾਵਰ ਕਟ ਕਾਰਨ ਲੋਕਾਂ ਦਾ ਜੀਣਾ ਦੁਬਰ ਹੋ ਗਿਆ ਹੈ ਮਰਕਾਨ ਕਮਿਸ਼ਨਰ ਦੇ ਆਫਿਸ ਸਾਹਮਣੇ ਹੋਏ ਇਸ ਪ੍ਰਦਰਸ਼ਨ ਵਿੱਚ ਇਹਨਾਂ ਲੋਕਾਂ ਨੇ ਬਿਜਲੀ ਸਮੱਸਿਆ ਦਾ ਤੁਰੰਤ ਹੱਲ ਕਰਨ ਦੀ ਮੰਗ ਕੀਤੀ। ਇਸ ਵਾਰ ਭਾਰਤੀ ਨਿਸ਼ਾਨੇਬਾਜ਼ਾਂ ਤੇ ਤੀਰਅੰਦਾਜ਼ਾਂ ਤੋਂ ਸਭ ਤੋਂ ਜ਼ਿਆਦਾ ਉਮੀਦ ਸੀ ਕਿન્દ્ર ਸਰਕਾਰ ਤਹਿਤ ਆਉਣ ਵਾਲੀ ਭਾਰਤੀ ਖੇਡ ਅਥਾਰਟੀ ਸਾਈ ਨੇ ਇਹਨਾਂ ਦੀਆਂ ਤਿਆਰੀਆਂ ਨੂੰ ਲੈ ਕੇ ਆਪਣੇ ਵੱਲੋਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਪਰ ਨਾ ਹੀ ਇਹਨਾਂ ਦੇ ਤੀਰ ਚੱਲੇ ਤੇ ਨਾ ਹੀ ਗੋਲੀ ओलंपिकली 126 भारतीय एथलीटਾਂ ਵਾਲੇ दल ਵਿੱਚ ਪਹਿਲੀ ਵਾਰ 15 ਨਿਸ਼ਾਨੇਬਾਜ਼ ਸ਼ਾਮਲ ਸਨ ਸਾਈ ਅਤੇ ਭਾਰਤੀ ਰਾਸ਼ਟਰੀ ਰਾਈਫਲ ਸੰਘ ਨੇ ਕਰੋੜਾਂ ਰੁਪਏ ਨਿਸ਼ਾਨੇਬਾਜ਼ਾਂ ਤੇ ਖਰਚ ਕੀਤੇ ਪਰ ਮੈਡਲ ਤਾਂ ਛੱਡੋ ਸੌਰਵ ਚੌਧਰੀ ਤੋਂ ਇਲਾਵਾ ਕੋਈ ਵੀ ਨਿਸ਼ਾਨੇਬਾਜ਼ ਕੁਆਲੀਫਿਕੇਸ਼ਨ ਦੌਰ ਤੋਂ ਹੀ ਅੱਗੇ ਨਹੀਂ ਵਧ ਸਕਿਆ ਇਹੀ ਸਿਲਸਿਲਾ ਸ਼ਨੀਚਰਵਾਰ ਨੂੰ ਵੀ ਜਾਰੀ ਰਿਹਾ ਤੇ ਮਹਿਲਾਵਾਂ ਦੇ 50 ਮੀਟਰ ਰਾਈਫਲ 3 ਪੋਜੀਸ਼ਨ ਮੁਕਾਬਲੇ ਵਿੱਚ ਅੰਜੂ ਮੋਦਗਿਲ ਤੇ ਤੇਜਸਵਨੀ ਸਾਵੰਤ ਕ੍ਰਮਵਾਰ 15ਵੇਂ ਤੇ 33ਵੇਂ ਸਥਾਨ ਤੇ ਰਹਿੰਦੇ ਹੋਏ ਫਾਈਨਲਸ ਵਿੱਚ ਥਾਂ ਬਣਾਉਣ ਵਿੱਚ ناکਾਮ ਰਹੀਆਂ। ਸ਼ਨੀਵਾਰ ਨੂੰ ਭਾਰਤੀ ਤੀਰਅੰਦਾਜ਼ ਤਾਨੂ ਦਾਸ ਦੀ ਹਾਰ ਦੇ ਨਾਲ ਇਸ ਮੁਕਾਬਲੇ ਵਿੱਚ ਵੀ ਭਾਰਤ ਦੇ ਮੈਡਲ ਦੀ ਝੋਲੀ ਖਾਲੀ ਰਹੀ। ਤਾਨੂ ਦਾਸ ਨੂੰ ਤੀਰਅੰਦਾਜ਼ੀ ਦੇ ਨਿਜੀ ਮੁਕਾਬਲੇ ਦੇ ਪ੍ਰੀ ਕੁਆਟਰ ਦੌਰ ਵਿੱਚ ਜਾਪਾਨ ਦੇ ਤਾਕਾਹਾਰੂ ਫੁਰੂਕਾਵਾ ਨੇ 4-6 ਦੇ ਨਾਲ ਹਰਾ ਦਿੱਤਾ। ਇਸ ਤਰ੍ਹਾਂ ਚਾਰ ਤੀਰਅੰਦਾਜ਼ਾਂ ਨੂੰ 올림픽 ਤੱਕ ਪਹੁੰਚਾਉਣ ਅਤੇ ਉਹਨਾਂ ਦੀ ਤਿਆਰੀ ਵਿੱਚ ਹਰ ਕਦਮ ਤੇ ਸਾਥ ਦੇਣ ਵਾਲੀ ਸੰਸਥਾ ਭਾਰਤੀ ਖੇਡ ਅਥਾਰਟੀ ਦੀਆਂ ਕੋਸ਼ਿਸ਼ਾਂ ਤੇ ਪਾਣੀ ਫਿਰ ਗਿਆ। ਦੁਨੀਆ ਦੀ ਨੰਬਰ 1 ਤੀਰਅੰਦਾਜ਼ ਦੀਪਿਕਾ ਕੁਮਾਰ ਦੇ ਕੁਆਟਰਫਾਈਨਲ 'ਚ ਹਾਰਨ ਤੋਂ ਬਾਅਦ ਭਾਰਤ ਦੀਆਂ ਉਮੀਦਾਂ ਉਹਨਾਂ ਦੇ ਪਤੀ ਅਤਾਨੂ ਦਾਸ ਤੇ ਹੀ ਟਿਕੀਆਂ ਸੀ। ਪਿਛਲੇ ਮੈਚ ਵਿੱਚ ਲੰਡਨ 올림픽 ਦੇ 골ਡ ਮੈਡਲ ਜੇਤੂ ਉਹ ਜਿਨ ਹਾਇਕ ਨੂੰ ਹਰਾਉਣ ਤੋਂ ਬਾਅਦ ਦਾਸ ਟੀਮ ਵਰਗ ਦਾ ਕਾਂਸੀ ਮੈਡਲ ਜਿੱਤ ਚੁੱਕੇ ਜਪਾਨੀ ਤੀਰਅੰਦਾਜ਼ ਨੂੰ ਨਹੀਂ ਹਰਾ ਸਕੇ ਜਦ ਕਿ ਇਸ ਤੋਂ ਇਲਾਵਾ ਦੀਪਿਕਾ ਦੀ ਜੋੜੀ ਵੀ ਆਖਰੀ ਸਮੇਂ ਵਿੱਚ ਮਿਕਸਡ ਡਬਲ ਮੁਕਾਬਲੇ ਲਈ ਉਹਨਾਂ ਦੇ ਪਤੀ ਅਤਾਨੁਦਾਸ ਦੀ ਥਾਂ ਪ੍ਰਵੀਨ ਜਾਦਵ ਨਾਲ ਬਣਾਈ ਗਈ ਸੀ ਪਰ ਇਸ ਤੋਂ ਬਾਅਦ ਵੀ ਮੈਡਲ ਨਹੀਂ ਮਿਲਿਆ ਉਥੇ ਮਰਦਾਂ ਦੇ ਰਿਕਵਰ ਮੁਕਾਬਲੇ ਵਿੱਚ ਵੀ ਤੀਰਅੰਦਾਜ਼ਾਂ ਨੇ ਨਿਰਾਸ਼ਾ ਜਤਾਈ ਤੇ ਇਸ ਤਰ੍ਹਾਂ ਉਹ 올림픽 ਤੋਂ ਬਿਨਾ ਮੈਡਲ ਦੇ ਹੀ ਪਰਤਨਗੇ ਇਸ ਦਿਨ ਨਾਲ ਹੀ ਖਬਰਾਂ ਦਾ ਅੱਜ ਦਾ ਬੁਲੇਟਿਨ ਇੱਥੇ ਖਤਮ ਹੁੰਦਾ ਹੈ ਵਧੇਰੇ ਖਬਰਾਂ ਦੀ ਜਾਣਕਾਰੀ ਦੇ ਲਈ ਤੁਸੀਂ ਬਨੇ ਰਹੋ ਪੰਜਾਬ ਮੇਲ ਯੂਐਸਟੀਵੀ ਦੇ ਨਾਲ मेनु दे दियो इजाजत धन्वाद